ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ। ਆਓ ਵੇਖਦੇ ਹਾਂ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਖੇਡਾਂ ਦੀ ਦੁਨੀਆ ਵਿੱਚ ਕਿਹੜੇ ਕਿਹੜੇ ਮੁਕਾਬਲੇ ਹੋਏ ਅਤੇ ਕਿਹੜੇ ਨਵੇਂ ਰਿਕਾਰਡ ਬਣੇ, ਅਤੇ ਨਾਲ ਹੀ ਜਾਣਕਾਰੀ ਹਾਸਲ ਕਰਦੇ ਹਾਂ ਪਿਛਲੇ ਦਿਨਾਂ ਦੇ ਸਾਰੇ ਖੇਡ ਨਤੀਜਿਆਂ ਦੀ ਅਤੇ ਆਉਣ ਵਾਲੇ ਖੇਡ ਮੁਕਾਬਲਿਆਂ ਦੀ ਤਿਆਰੀ ਬਾਰੇ ਵੀ। ਤਾਂ ਆਓ ਸ਼ੁਰੂ ਕਰਦੇ ਹਾਂ ਖੇਡ ਸੰਸਾਰ ਪ੍ਰੋਗਰਾਮ ਦਾ ਇਸ ਵਾਰ ਦਾ ਇਹ ਤਾਜ਼ਾ ਤਰੀਨ ਅੰਕ। ਪ੍ਰੋਗਰਾਮ ਦੇ ਸ਼ੁਰੂ ਵਿੱਚ ਗੱਲ ਕਰਦੇ ਹਾਂ ਭਾਰਤ ਦੇ ਇੱਕ ਮਾਣ ਮੱਤੇ ਖਿਡਾਰੀ ਦੀ। ਓਲੰਪਿਕ ਖੇਡਾਂ ਵਿੱਚ ਸੋਨੇ ਦਾ ਤਗਮਾ ਜੇਤੂ ਨੀਰਜ ਚੋਪੜਾ ਨੇ ਪਿਛਲੇ ਦਿਨੀ ਖੇਡਾਂ ਦੀ ਦੁਨੀਆ ਵਿੱਚ ਜ਼ਬਰਦਸਤ ਵਾਪਸੀ ਕੀਤੀ ਅਤੇ ਇੱਕ ਵਾਰ ਫੇਰ ਸੋਨੇ ਦਾ ਤਗਮਾ ਜਿੱਤਿਆ। ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ 3 ਸਾਲਾਂ ਵਿੱਚ ਆਪਣੇ ਪਹਿਲੇ ਘਰੇਲੂ ਟੂਰਨਾਮੈਂਟ ਵਿੱਚ ਹਿੱਸਾ ਲੈਂਦਿਆਂ ਫੈਡਰੇਸ਼ਨ ਕੱਪ ਦੇ ਪੁਰਸ਼ਾਂ ਦੇ ਜੈਵਲਿਨ ਥਰੋ ਮੁਕਾਬਲੇ ਵਿੱਚ ਮੱਠੀ ਸ਼ੁਰੂਆਤ ਤੋਂ ਬਾਅਦ ਸੋਨੇ ਦਾ ਤਗਮਾ ਜਿੱਤਿਆ। ਟੋਕੀਓ ਓਲੰਪਿਕ ਖੇਡਾਂ ਵਿੱਚ ਸੋਨਾ ਜਿੱਤਣ ਤੋਂ ਬਾਅਦ ਪਹਿਲੀ ਵਾਰ ਕਿਸੇ ਘਰੇਲੂ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਨੀਰਜ ਚੋਪੜਾ ਨੂੰ ਸ਼ੁਰੂਆਤ ਵਿੱਚ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹ 3 ਗੇੜ ਤੋਂ ਬਾਅਦ ਦੂਜੇ ਸਥਾਨ ਉੱਤੇ ਚੱਲ ਰਿਹਾ ਸੀ। 4th ਗੇੜ ਵਿੱਚ ਨੀਰਜ ਚੋਪੜਾ ਨੇ 82.27 ਮੀਟਰ ਦੀ ਕੋਸ਼ਿਸ਼ ਨਾਲ ਅਗੇਤ ਹਾਸਲ ਕੀਤੀ। ਨੀਰਜ ਚੋਪੜਾ ਨੇ ਆਖਰੀ ਵਾਰ 17 ਮਾਰਚ 2021 ਨੂੰ ਇਸੇ ਟੂਰਨਾਮੈਂਟ ਰਾਹੀਂ ਘਰੇਲੂ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ ਅਤੇ ਉਸ ਵਿੱਚ ਨੀਰਜ ਚੋਪੜਾ ਨੇ 87.80 ਮੀਟਰ ਦੀ ਥਰੋ ਨਾਲ ਸੋਨੇ ਦਾ ਤਗਮਾ ਜਿੱਤਿਆ ਸੀ ਅਤੇ ਹੁਣ ਉਹੀ ਪ੍ਰਾਪਤੀ ਦੁਹਰਾਈ ਹੈ। ਨਿਸ਼ਾਨੇਬਾਜ਼ੀ ਦੀ ਖੇਡ ਵਿੱਚ ਭਾਰਤੀ ਖਿਡਾਰੀਆਂ ਦੇ ਨਿਸ਼ਾਨੇ ਲਗਾਤਾਰ ਟਿਕਾਣੇ ਉੱਤੇ ਲੱਗ ਰਹੇ ਨੇ ਅਤੇ ਇਸੇ ਲੜੀ ਵਿੱਚ ਹੁਣ ਇੱਕ ਮਹਿਲਾ ਨਿਸ਼ਾਨੇਬਾਜ਼ ਨੇ ਵੱਡੀ ਪ੍ਰਾਪਤੀ ਕੀਤੀ ਹੈ। ਓਲੰਪੀਅਨ ਨਿਸ਼ਾਨੇਬਾਜ਼ ਮਨੂ ਭਾਕਰ ਰਾਈਫਲ ਅਤੇ ਪਿਸਟਲ ਓਲੰਪਿਕ ਚੋਣ ਟ੍ਰਾਇਲ ਯਾਨੀ ਕਿ OST ਦੇ ਆਖਰੀ ਦਿਨ ਮਹਿਲਾ 10 ਮੀਟਰ ਏਅਰ ਪਿਸਟਲ OST T4 ਮੁਕਾਬਲਾ ਜਿੱਤ ਕੇ ਟ੍ਰਾਇਲ ਦੀ ਸਭ ਤੋਂ ਸਫਲ ਨਿਸ਼ਾਨੇਬਾਜ਼ ਰਹੀ। ਟ੍ਰਾਇਲਾਂ ਵਿੱਚ ਇਹ ਮਨੂ ਭਾਕਰ ਦੀ 4th ਜਿੱਤ ਸੀ। ਉਸ ਨੇ ਮਹਿਲਾ 25 ਮੀਟਰ ਸਪੋਰਟਸ ਪਿਸਟਲ ਟ੍ਰਾਇਲ ਵਿੱਚ ਵੀ ਜਿੱਤ ਹਾਸਲ ਕੀਤੀ ਸੀ। ਮਨੂ ਭਾਕਰ ਨੇ ਏਅਰ ਪਿਸਟਲ ਫਾਈਨਲ ਵਿੱਚ 240.8 ਦਾ ਕੁੱਲ ਸਕੋਰ ਬਣਾਇਆ। ਉਸ ਨੇ ਹੁਆਂਗਜ਼ੂ ਏਸ਼ੀਆਡ ਚੈਂਪੀਅਨ ਪਲਕ ਨੂੰ 4.4 ਅੰਕਾਂ ਦੇ ਫਰਕ ਨਾਲ ਹਰਾਇਆ। ਇਸ ਦੌਰਾਨ ਰਿਦਮ ਸਾਂਗਵਾਨ ਨੇ 3ਜਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਇਲਾਵੇਨਿਲ ਵਲਾਵਰਿਨ ਨੇ ਮਹਿਲਾ 10 ਮੀਟਰ ਏਅਰ ਰਾਈਫਲ OST T4 ਵਿੱਚ 254.3 ਦੇ ਸਕੋਰ ਨਾਲ ਜਿੱਤ ਦਰਜ ਕੀਤੀ। ਇਹ ਸਕੋਰ ਇਸ ਮਹੀਨੇ ਬਾਕੂ ਵਿੱਚ IESSF ਵਿਸ਼ਵ ਕੱਪ ਵਿੱਚ ਚੀਨ ਦੇ ਹਾਨ ਜੁਆਓ ਵੱਲੋਂ ਬਣਾਏ 254 ਦੇ ਮੌਜੂਦਾ ਵਿਸ਼ਵ ਰਿਕਾਰਡ ਤੋਂ 0.3 ਅੰਕ ਵੱਧ ਸੀ। ਦੂਜੇ ਬੰਨੇ ਦਿਵਿਆਂਸ਼ ਪਵਾਰ ਨੇ ਪੁਰਸ਼ਾਂ ਦਾ ਏਅਰ ਰਾਈਫਲ ਮੁਕਾਬਲਾ 253.3 ਦੇ ਸਕੋਰ ਨਾਲ ਜਿੱਤਿਆ। ਇਹ ਸਕੋਰ ਉਸ ਦੇ ਮੌਜੂਦਾ ਵਿਸ਼ਵ ਰਿਕਾਰਡ ਤੋਂ 0.4 ਅੰਕ ਘੱਟ ਸੀ। ਹੁਣ ਬੈਡਮਿੰਟਨ ਦੀ ਖੇਡ ਵੱਲ ਚੱਲਦੇ ਹਾਂ, ਜਿੱਥੇ ਭਾਰਤ ਦੀ ਚਰਚਿਤ ਨੌਜਵਾਨ ਡਬਲਸ ਜੋੜੀ ਨੇ ਇੱਕ ਹੋਰ ਵੱਡਾ ਮੁਕਾਮ ਹਾਸਲ ਕੀਤਾ ਹੈ ਅਤੇ ਇੱਕ ਵੱਕਾਰੀ ਕੌਮਾਂਤਰੀ ਟੂਰਨਾਮੈਂਟ ਵਿੱਚ ਜਿੱਤ ਹਾਸਲ ਕੀਤੀ ਹੈ। ਭਾਰਤ ਦੀ ਸਟਾਰ ਬੈਡਮਿੰਟਨ ਡਬਲਸ ਜੋੜੀ ਸਾਤਵਿਕ ਸਾਈਰਾਜ ਰੰਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਨੇ
ਚੀਨ ਦੇ ਚੇਨ ਬੋ ਯਾਂਗ ਅਤੇ ਲਿਊ ਯੀ ਨੂੰ ਹਰਾ ਕੇ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਪੁਰਸ਼ ਡਬਲਸ ਦਾ ਖਿਤਾਬ ਜਿੱਤ ਲਿਆ। ਦੁਨੀਆ ਦੀ ਤੀਜੇ ਨੰਬਰ ਦੀ ਭਾਰਤੀ ਜੋੜੀ ਨੇ 29ਵੀਂ ਰੈਂਕਿੰਗ ਵਾਲੀ ਵਿਰੋਧੀ ਟੀਮ ਨੂੰ 21-15 ਅਤੇ 21-15 ਦੇ ਫਰਕ ਨਾਲ ਹਰਾਇਆ। ਏਸ਼ੀਆਈ ਖੇਡਾਂ ਦੀ ਚੈਂਪੀਅਨ ਜੋੜੀ ਦਾ ਇਸ ਸੀਜ਼ਨ ਦਾ BWF ਵਿਸ਼ਵ ਟੂਰ ਦਾ ਦੂਜਾ ਅਤੇ ਬੈਡਮਿੰਟਨ ਕੈਰੀਅਰ ਦਾ ਕੁੱਲ 9ਵਾਂ ਖਿਤਾਬ ਹੈ। ਇਸ ਜੋੜੀ ਨੇ ਮਾਰਚ ਮਹੀਨੇ ਵਿੱਚ ਫ੍ਰੈਂਚ ਓਪਨ ਸੁਪਰ 750 ਦਾ ਖਿਤਾਬ ਜਿੱਤਿਆ ਸੀ। ਇਸ ਜੋੜੀ ਲਈ ਬੈਂਕਾਕ ਇੱਕ ਖਾਸ ਥਾਂ ਸਾਬਤ ਹੋ ਰਹੀ ਹੈ, ਜਿੱਥੇ ਸਾਲ 2019 ਵਿੱਚ ਉਹਨਾਂ ਨੇ ਪਹਿਲੀ ਵਾਰ ਸੁਪਰ ਸੀਰੀਜ਼ ਅਤੇ ਫਿਰ ਥੌਮਸ ਕੱਪ ਦਾ ਖਿਤਾਬ ਵੀ ਜਿੱਤਿਆ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਜਿੱਤ ਤੋਂ ਬਾਅਦ ਇਹ ਜੋੜੀ ਆਉਣ ਵਾਲੇ ਟੂਰਨਾਮੈਂਟਾਂ ਵਿੱਚ ਵੀ ਆਪਣੀ ਲੈਅ ਕਾਇਮ ਰੱਖੇਗੀ। ਇਸ ਤੋਂ ਪਹਿਲਾਂ ਸਾਤਵਿਕ ਅਤੇ ਚਿਰਾਗ ਆਲ ਇੰਗਲੈਂਡ ਚੈਂਪੀਅਨਸ਼ਿਪ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਹਾਰ ਗਏ ਸਨ। ਇਸ ਤੋਂ ਬਾਅਦ ਸੱਟ ਲੱਗਣ ਕਾਰਨ ਸਾਤਵਿਕ ਏਸ਼ੀਆਈ ਚੈਂਪੀਅਨਸ਼ਿਪ ਨਹੀਂ ਸੀ ਖੇਡ ਸਕਿਆ। ਭਾਰਤੀ ਜੋੜੀ ਥੌਮਸ ਕੱਪ ਵਿੱਚ ਵੀ ਚੰਗਾ ਪ੍ਰਦਰਸ਼ਨ ਨਹੀਂ ਸੀ ਕਰ ਸਕੀ, ਪਰ ਹੁਣ ਉਹਨਾਂ ਨੇ ਜ਼ਬਰਦਸਤ ਵਾਪਸੀ ਕੀਤੀ ਹੈ ਅਤੇ ਉਹ ਬਿਨਾਂ ਕੋਈ ਮੁਕਾਬਲਾ ਹਾਰੇ ਥਾਈਲੈਂਡ ਓਪਨ ਦੇ ਫਾਈਨਲ ਤੱਕ ਪਹੁੰਚੇ ਅਤੇ ਫਿਰ ਫਾਈਨਲ ਜਿੱਤਿਆ ਵੀ। ਉਹਨਾਂ ਦੀ ਵਿਰੋਧੀ ਜੋੜੀ ਲਿਊ ਅਤੇ ਚੇਨ ਨੇ ਵੀ ਫਾਈਨਲ ਤੱਕ ਦੇ ਸਫ਼ਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਰੰਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਦੀ ਸ਼ਾਨਦਾਰ ਖੇਡ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਅਤੇ ਇਸ ਤਰ੍ਹਾਂ ਭਾਰਤ ਦੀ ਇਸ ਜੋਸ਼ੀਲੀ ਜੋੜੀ ਨੇ ਫਾਈਨਲ ਵਿੱਚ ਜਿੱਤ ਦਰਜ ਕੀਤੀ। ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ IPL ਦੇ ਇਸ ਵਾਰ ਦੇ ਮੈਚਾਂ ਦਾ ਖਿਤਾਬੀ ਗੇੜ ਹੁਣ ਸ਼ੁਰੂ ਹੋ ਗਿਆ। ਇਸ ਤਹਿਤ ਫਾਈਨਲ ਤੱਕ ਚੋਟੀ ਦੀਆਂ 4 ਟੀਮਾਂ ਦਰਮਿਆਨ ਨੌਕਆਊਟ ਆਧਾਰ ਉੱਤੇ ਪਲੇਆਫ ਗੇੜ ਦੇ ਮੈਚ ਹੋ ਰਹੇ ਨੇ, ਜਦਕਿ ਫਾਈਨਲ ਐਤਵਾਰ 26 ਮਈ ਨੂੰ ਚੇਨਈ ਵਿਖੇ ਖੇਡਿਆ ਜਾਵੇਗਾ, ਜਿਸ ਵਿੱਚ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਪਹੁੰਚ ਚੁੱਕੀ ਹੈ। IPL ਦਾ ਲੀਗ ਮੈਚਾਂ ਦਾ ਗੇੜ ਮੁਕੰਮਲ ਹੋਣ ਤੋਂ ਬਾਅਦ ਅੰਕ ਸੂਚੀ ਵਿੱਚ ਕੋਲਕਾਤਾ ਦੀ ਟੀਮ ਸਭ ਤੋਂ ਪਹਿਲੇ ਨੰਬਰ ਉੱਤੇ ਰਹੀ ਅਤੇ ਸਭ ਤੋਂ ਪਹਿਲਾਂ ਫਾਈਨਲ ਵਿੱਚ ਵੀ ਪਹੁੰਚੀ ਹੈ, ਜਦਕਿ ਸਨਰਾਈਜ਼ਰਸ ਹੈਦਰਾਬਾਦ ਅਤੇ ਰਾਜਸਥਾਨ ਰਾਇਲਸ ਦੇ ਅੰਕ ਭਾਵੇਂ ਬਰਾਬਰ ਸਨ, ਪਰ ਹੈਦਰਾਬਾਦ ਦੀ ਟੀਮ ਬਿਹਤਰ ਰਨ ਰੇਟ ਦੇ ਆਧਾਰ ਉੱਤੇ ਦੂਜੇ ਨੰਬਰ ਉੱਤੇ ਆਈ। ਰਾਜਸਥਾਨ ਰਾਇਲਸ ਦੀ ਟੀਮ ਦੀ ਜੇਕਰ ਗੱਲ ਕਰੀਏ ਤਾਂ ਇਸ ਟੀਮ ਨੇ ਆਪਣੇ ਅਖੀਰਲੇ 5 ਮੈਚਾਂ ਵਿੱਚੋਂ 4 ਮੈਚ ਹਾਰੇ ਅਤੇ ਇਸੇ ਕਰਕੇ IPL ਅੰਕ ਸੂਚੀ ਵਿੱਚ ਵਧੇਰੇ ਸਮਾਂ ਪਹਿਲੇ ਸਥਾਨ ਉੱਤੇ ਰਹੀ ਰਾਜਸਥਾਨ ਰਾਇਲਸ ਦੀ ਟੀਮ ਅਖੀਰ ਵਿੱਚ ਪਛੜਦੀ ਹੋਈ ਤੀਜੇ ਸਥਾਨ ਉੱਤੇ ਰਹੀ ਅਤੇ ਇਸ ਟੀਮ ਨੇ ਆਪਣੇ ਅਖੀਰਲੇ 5 ਮੈਚਾਂ ਵਿੱਚ ਲੈ ਗੁਆ ਲਈ, ਜਿਸ ਕਾਰਨ ਇਹ ਟੀਮ ਪਹਿਲੇ 2 ਸਥਾਨਾਂ ਵਿੱਚ ਨਹੀਂ ਆ ਸਕੀ। ਪਲੇਆਫ ਵਿੱਚ ਪਹੁੰਚਣ ਲਈ ਚੌਥੇ ਅਤੇ ਅਖੀਰਲੇ ਸਥਾਨ ਲਈ ਬੈਂਗਲੁਰੂ ਅਤੇ ਚੇਨਈ ਦੀਆਂ ਟੀਮਾਂ ਆਹਮੋ ਸਾਹਮਣੇ ਹੋਈਆਂ, ਜਿਸ ਵਿੱਚ ਬੈਂਗਲੁਰੂ ਨੇ ਜਿੱਤ ਦਰਜ ਕੀਤੀ ਸੀ। IPL ਦੀ ਇਸ ਵਾਰ ਦੀ ਅੰਕ ਸੂਚੀ ਵਿੱਚ 4 ਟੀਮਾਂ 14 ਅੰਕਾਂ ਉੱਤੇ ਬਰਾਬਰ ਸਨ, ਜਿਨ੍ਹਾਂ ਵਿੱਚ ਬੈਂਗਲੁਰੂ, ਚੇਨਈ, ਦਿੱਲੀ ਅਤੇ ਲਖਨਊ ਦੀਆਂ ਟੀਮਾਂ ਸ਼ਾਮਲ ਸਨ, ਪਰ ਅਖੀਰ ਨੂੰ ਬਿਹਤਰ ਰਨ ਰੇਟ ਦੇ ਆਧਾਰ ਉੱਤੇ ਬੈਂਗਲੁਰੂ ਦੀ ਟੀਮ ਚੌਥੇ ਸਥਾਨ ਉੱਤੇ ਆਈ। 8ਵੇਂ ਸਥਾਨ ਉੱਤੇ ਗੁਜਰਾਤ ਟਾਈਟਨਸ ਦੀ ਟੀਮ ਰਹੀ। 9ਵੇਂ ਉੱਤੇ ਪੰਜਾਬ ਕਿੰਗਸ ਅਤੇ ਮੁੰਬਈ ਇੰਡੀਅਨਸ ਦੀ ਟੀਮ ਸਭ ਤੋਂ ਅਖੀਰਲੇ ਯਾਨੀ ਕਿ 10ਵੇਂ ਸਥਾਨ ਉੱਤੇ ਰਹੀ।
ਮੁੱਕੇਬਾਜ਼ੀ ਦੀ ਖੇਡ ਵਿੱਚ ਭਾਰਤ ਨੂੰ ਔਰਤਾਂ ਦੇ ਵਰਗ ਵਿੱਚ ਕਾਫੀ ਉਤਸ਼ਾਹ ਭਰਪੂਰ ਨਤੀਜੇ ਮਿਲ ਰਹੇ ਨੇ ਅਤੇ 올림픽 ਖੇਡਾਂ ਲਈ ਵੀ ਭਾਰਤ ਨੂੰ ਕਾਫੀ ਸੰਭਾਵਨਾਵਾਂ ਨਜ਼ਰ ਆਉਣ ਲੱਗੀਆਂ ਨੇ। ਕਜ਼ਾਕਿਸਤਾਨ ਦੇਸ਼ ਦੇ ਸ਼ਹਿਰ ਅਸਤਾਨਾ ਵਿਖੇ ਭਾਰਤ ਦੀ ਮੌਜੂਦਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਨਿਖਤ ਜ਼ਰੀਨ ਅਤੇ ਮੀਨਾਕਸ਼ੀ ਨੇ ਆਪੋ ਆਪਣੇ ਭਾਰ ਵਰਗਾਂ ਵਿੱਚ ਸੋਨੇ ਦੇ ਤਗਮੇ ਜਿੱਤੇ ਨੇ। ਇਸ ਤਰ੍ਹਾਂ ਭਾਰਤੀ ਟੀਮ ਨੇ ਇਲੋਡਾ ਮੁੱਕੇਬਾਜ਼ੀ ਕੱਪ ਵਿੱਚ 12 ਤਗਮੇ ਜਿੱਤ ਕੇ ਆਪਣੀ ਮੁਹਿੰਮ ਮੁਕੰਮਲ ਕੀਤੀ। ਨਿਖਤ ਅਤੇ ਮੀਨਾਕਸ਼ੀ ਦੇ ਸੋਨੇ ਦੇ ਤਗਮਿਆਂ ਤੋਂ ਇਲਾਵਾ ਭਾਰਤੀ ਮੁੱਕੇਬਾਜ਼ਾਂ ਨੇ 2 ਚਾਂਦੀ ਅਤੇ 8 ਕਾਂਸੀ ਦੇ ਤਗਮੇ ਜਿੱਤ ਕੇ ਪਿਛਲੇ ਸੀਜ਼ਨ ਨਾਲੋਂ ਕਾਫੀ ਚੰਗਾ ਪ੍ਰਦਰਸ਼ਨ ਕੀਤਾ। ਤੁਹਾਨੂੰ ਦੱਸ ਦਈਏ ਕਿ ਭਾਰਤੀ ਮੁੱਕੇਬਾਜ਼ਾਂ ਨੇ ਪਿਛਲੇ ਸੀਜ਼ਨ ਵਿੱਚ 5 ਤਗਮੇ ਜਿੱਤੇ ਸਨ। ਨਿਖਤ 52 ਕਿਲੋ ਭਾਰ ਵਰਗ ਨੇ ਵਕਾਰੀ ਟੂਰਨਾਮੈਂਟ ਵਿੱਚ ਆਪਣਾ ਦਬਦਬਾ ਜਾਰੀ ਰੱਖਦਿਆਂ ਕਜ਼ਾਕਿਸਤਾਨ ਦੀ ਜਾਜ਼ੀਰਾ ਉਰਬਾਕੇਵਾ ਨੂੰ 5-0 ਦੇ ਸਕੋਰ ਨਾਲ ਹਰਾ ਕੇ ਆਪਣੇ ਸ਼ਾਨਦਾਰ ਕਰੀਅਰ ਵਿੱਚ ਇੱਕ ਹੋਰ ਸੋਨੇ ਦਾ ਤਗਮਾ ਜੋੜਿਆ। ਮੀਨਾਕਸ਼ੀ ਨੇ ਮਹਿਲਾ 48 ਕਿਲੋ ਵਰਗ ਦੇ ਫਾਈਨਲ ਵਿੱਚ ਉਜ਼ਬੇਕਿਸਤਾਨ ਦੀ ਰਾਮੇਨੋਵਾ ਸੈਦਾਹੋਨ ਨੂੰ 4-1 ਦੇ ਫਰਕ ਨਾਲ ਹਰਾਇਆ। ਟੇਬਲ ਟੈਨਿਸ ਦੀ ਖੇਡ ਵਿੱਚ ਤਾਜ਼ਾ ਦਰਜਾਬੰਦੀ ਵਿੱਚ ਭਾਰਤ ਦੀ ਇੱਕ ਮਹਿਲਾ ਖਿਡਾਰਨ ਨੂੰ ਕਾਫੀ ਹੁਲਾਰਾ ਮਿਲਿਆ ਹੈ। ਆਓ ਇਸ ਬਾਰੇ ਜਾਣਦੇ ਹਾਂ। ਭਾਰਤ ਦੀ ਮਹਿਲਾ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਸਾਊਦੀ ਸਮੈਸ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਕੈਰੀਅਰ ਦੀ ਸਰਬੋਤਮ ਸਿੰਗਲਜ਼ ਰੈਂਕਿੰਗ 24ਵੇਂ ਸਥਾਨ ਉੱਤੇ ਪਹੁੰਚ ਗਈ ਹੈ। ਵਿਸ਼ਵ ਰੈਂਕਿੰਗ ਵਿੱਚ ਸਿਖਰਲੇ 25 ਖਿਡਾਰੀਆਂ ਵਿੱਚ ਪਹੁੰਚਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਟੇਬਲ ਟੈਨਿਸ ਖਿਡਾਰਨ ਹੈ। ਟੂਰਨਾਮੈਂਟ ਤੋਂ ਪਹਿਲਾਂ 39ਵੇਂ ਸਥਾਨ ਉੱਤੇ ਕਾਬਜ਼ 28 ਸਾਲਾਂ ਦੀ ਖੇਡ ਰਤਨ ਪੁਰਸਕਾਰ ਜੇਤੂ ਮਨਿਕਾ ਬੱਤਰਾ ਨੇ ਜੈਦਾ ਵਿੱਚ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾਈ ਅਤੇ ਆਪਣੇ ਇਸ ਪ੍ਰਦਰਸ਼ਨ ਨਾਲ 15 ਸਥਾਨ ਉੱਪਰ ਆਉਣ ਵਿੱਚ ਸਫਲ ਰਹੀ। ਵਿਅਕਤੀਗਤ ਅਤੇ ਟੀਮ ਵਰਗ ਵਿੱਚ 2018 ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਜੇਤੂ ਮਨਿਕਾ ਨੇ ਸਾਊਦੀ ਸਮੈਸ਼ ਵਿੱਚ ਆਖਰੀ 8 ਵਿੱਚ ਪਹੁੰਚਣ ਦੇ ਆਪਣੇ ਸਫ਼ਰ ਵਿੱਚ ਕਈ ਵਾਰ ਦੀ ਵਿਸ਼ਵ ਚੈਂਪੀਅਨ ਅਤੇ 올림픽 ਸੋਨੇ ਦਾ ਤਗਮਾ ਜੇਤੂ ਚੀਨ ਦੀ ਵੈਂਗ ਮਾਨ ਯੂ ਨੂੰ ਹਰਾ ਕੇ ਉਲਟਫੇਰ ਕੀਤਾ ਸੀ। ਇਹ ਪਹਿਲੀ ਵਾਰ ਹੈ ਕਿ ਕੋਈ ਭਾਰਤੀ ਮਹਿਲਾ ਖਿਡਾਰਨ ਟੂਰਨਾਮੈਂਟ ਵਿੱਚ ਇੰਨੀ ਅੱਗੇ ਵਧੀ। ਮਨਿਕਾ ਨੂੰ ਇਸ ਪ੍ਰਦਰਸ਼ਨ ਲਈ ਕੁੱਲ 350 ਅੰਕ ਮਿਲੇ ਨੇ। ਮਨਿਕਾ ਬੱਤਰਾ ਦੇ ਲਈ ਰੈਂਕਿੰਗ ਵਿੱਚ ਸੁਧਾਰ ਸਹੀ ਸਮੇਂ ਉੱਤੇ ਹੋਇਆ ਲੱਗਦਾ ਹੈ ਕਿਉਂਕਿ ਉਸ ਦਾ ਟੀਚਾ ਪੈਰਿਸ 올림픽 ਖੇਡਾਂ ਲਈ ਜਗ੍ਹਾ ਪੱਕੀ ਕਰਨਾ ਹੈ ਅਤੇ ਪੈਰਿਸ 올림픽 ਖੇਡਾਂ ਵੱਲ ਤਿਆਰੀ ਪੱਖੋਂ ਇਸ ਖਿਡਾਰਨ ਦਾ ਆਤਮ ਵਿਸ਼ਵਾਸ ਵੀ ਕਾਫੀ ਵਧਿਆ ਹੈ। ਐਥਲੈਟਿਕਸ ਦੀ ਦੁਨੀਆ ਵਿੱਚ ਭਾਰਤੀ ਦੌੜਾਕ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਅਤੇ ਰਿਕਾਰਡ ਬਣਾਉਂਦੇ ਹੋਏ ਖਿਤਾਬ ਵੀ ਜਿੱਤ ਰਹੇ ਨੇ। ਭਾਰਤ ਦੀ ਮਿਕਸਡ 4x400 ਮੀਟਰ ਰਿਲੇਅ ਟੀਮ ਨੇ ਪਹਿਲੀ ਏਸ਼ੀਆਈ ਰਿਲੇਅ ਚੈਂਪੀਅਨਸ਼ਿਪ ਵਿੱਚ ਕੌਮੀ ਰਿਕਾਰਡ ਬਣਾ ਕੇ ਸੋਨੇ ਦਾ ਤਗਮਾ ਜਿੱਤਿਆ। ਹਾਲਾਂਕਿ ਨਿਰਾਸ਼ਾ ਵਾਲੀ ਗੱਲ ਇਹ ਸੀ ਕਿ ਭਾਰਤੀ ਟੀਮ ਪੈਰਿਸ 올림픽 ਖੇਡਾਂ ਲਈ ਕੁਆਲੀਫਾਈ ਕਰਨ ਵਿੱਚ ਨਾਕਾਮ ਰਹੀ। ਮੁਹੰਮਦ ਅਜਮਲ, ਜੋਤਿਕਾ ਸ਼੍ਰੀ ਡਾਂਡੀ, ਅਮੋਜ ਜੈਕਬ ਅਤੇ ਸੁਭਾ ਵੈਂਕਟੇਸ਼ਨ ਦੀ ਚੌਕੜੀ ਨੇ 3:14:12 ਸਕਿੰਟ ਦੇ ਸਮੇਂ ਨਾਲ ਸੋਨੇ ਦਾ ਤਗਮਾ ਜਿੱਤਿਆ। ਪਿਛਲਾ ਕੌਮੀ ਰਿਕਾਰਡ 3:14:34 ਸਕਿੰਟ ਦਾ ਸੀ
ਜੋ ਭਾਰਤੀ ਟੀਮ ਨੇ ਪਿਛਲੇ ਸਾਲ ਹੁਆਂਗਜ਼ੂ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਕਾਇਮ ਕੀਤਾ ਸੀ। ਇਸ ਸਮੇਂ ਨਾਲ ਭਾਰਤੀ ਟੀਮ ਵਿਸ਼ਵ ਐਥਲੈਟਿਕਸ ਰੋਡ ਟੂ ਪੈਰਿਸ ਸੂਚੀ ਵਿੱਚ 21ਵੇਂ ਸਥਾਨ ਉੱਤੇ ਹੈ। ਟੀਮ ਦਾ ਟੀਚਾ 15ਵੇਂ ਜਾਂ 16ਵੇਂ ਸਥਾਨ ਉੱਤੇ ਰਹਿਣ ਦਾ ਸੀ। ਇਸ ਤਰ੍ਹਾਂ ਭਾਰਤੀ ਟੀਮ ਦਾ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਦਾ ਰਾਹ ਮੁਸ਼ਕਿਲ ਹੋ ਗਿਆ ਹੈ, ਪਰ ਇਸ ਦੇ ਬਾਵਜੂਦ ਐਥਲੈਟਿਕਸ ਵਿੱਚ ਭਾਰਤੀ ਖਿਡਾਰੀ ਕਾਫੀ ਸੁਧਾਰ ਵਿਖਾ ਰਹੇ ਨੇ। ਟੈਨਿਸ ਦੀ ਖੇਡ ਵਿੱਚ ਭਾਰਤ ਨੂੰ ਪਿਛਲੇ ਦਿਨੀ ਇੱਕ ਨੌਜਵਾਨ ਖਿਡਾਰੀ ਤੋਂ ਕਾਫੀ ਆਸਾਂ ਸਨ, ਪਰ ਇਹ ਖਿਡਾਰੀ ਇੱਕ ਵੱਡੇ ਟੂਰਨਾਮੈਂਟ ਦੇ ਪਹਿਲੇ ਹੀ ਗੇੜ ਵਿੱਚੋਂ ਬਾਹਰ ਹੋ ਗਿਆ। ਭਾਰਤ ਦਾ ਸਿਖਰਲੇ ਦਰਜੇ ਦਾ ਟੈਨਿਸ ਖਿਡਾਰੀ ਸੁਮਿਤ ਨਾਗਲ ਅਰਜਨਟੀਨਾ ਦੇ ਸਬੈਸਟੀਅਨ ਬਾਏਜ਼ ਤੋਂ ਹਾਰ ਕੇ ਜਨੇਵਾ ਓਪਨ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚੋਂ ਹੀ ਬਾਹਰ ਹੋ ਗਿਆ। ਸਿੰਗਲਜ਼ ਵਰਗ ਵਿੱਚ ਵਿਸ਼ਵ ਦੇ 94ਵੇਂ ਨੰਬਰ ਦੇ ਖਿਡਾਰੀ ਸੁਮਿਤ ਨਾਗਲ ਨੂੰ 19ਵੇਂ ਦਰਜੇ ਦੇ ਖਿਡਾਰੀ ਨੇ 7-6 ਅਤੇ 6-3 ਦੇ ਫਰਕ ਨਾਲ ਮਾਤ ਦਿੱਤੀ। ਸੁਮਿਤ ਨਾਗਲ ਨੇ ਪਹਿਲੇ ਸੈੱਟ ਵਿੱਚ ਚੰਗੀ ਸ਼ੁਰੂਆਤ ਕੀਤੀ। ਇੱਕ ਵੇਲੇ ਉਹ 4-1 ਦੇ ਫਰਕ ਨਾਲ ਅੱਗੇ ਵੀ ਸੀ, ਪਰ ਬਾਅਦ ਵਿੱਚ ਵਿਰੋਧੀ ਖਿਡਾਰੀ ਸਬੈਸਟੀਅਨ ਬਾਏਜ਼ ਨੇ ਸੈੱਟ ਆਪਣੇ ਨਾਂ ਕਰ ਲਿਆ। ਇਸੇ ਤਰ੍ਹਾਂ ਦੂਜੇ ਸੈੱਟ ਵਿੱਚ ਵੀ ਬਾਏਜ਼ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਜਾਰੀ ਰੱਖਦਿਆਂ 38 ਮਿੰਟਾਂ ਵਿੱਚ ਇਹ ਮੈਚ ਜਿੱਤ ਲਿਆ। ਆਪਾਂ ਸਾਰੇ ਜਾਣਦੇ ਹਾਂ ਕਿ ਫੁੱਟਬਾਲ ਦੀ ਖੇਡ ਦੁਨੀਆ ਦੀ ਸਭ ਤੋਂ ਮਕਬੂਲ ਅਤੇ ਸਭ ਤੋਂ ਜ਼ਿਆਦਾ ਵੇਖੀ ਜਾਣ ਵਾਲੀ ਖੇਡ ਹੈ, ਅਤੇ ਹੁਣ ਇਸ ਖੇਡ ਦੇ ਨਾਲ ਸਾਲਾਨਾ ਪੱਧਰ ਉੱਤੇ ਇੱਕ ਪੱਕਾ ਦਿਨ ਜੁੜਨ ਜਾ ਰਿਹਾ ਹੈ। ਦੁਨੀਆ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਕੋਲ ਹੁਣ ਹਰ ਸਾਲ ਦੁਨੀਆ ਦੀ ਸਭ ਤੋਂ ਮਸ਼ਹੂਰ ਖੇਡ ਦਾ ਜਸ਼ਨ ਮਨਾਉਣ ਲਈ 25 ਮਈ ਦਾ ਪੱਕਾ ਦਿਨ ਹੋਵੇਗਾ। ਸੰਯੁਕਤ ਰਾਸ਼ਟਰ ਮਹਾਸਭਾ ਨੇ ਹਰ ਵਰ੍ਹੇ 25 ਮਈ ਦੇ ਦਿਨ ਨੂੰ ਵਿਸ਼ਵ ਫੁੱਟਬਾਲ ਦਿਵਸ ਐਲਾਨਣ ਦਾ ਮਤਾ ਪਾਸ ਕੀਤਾ ਹੋਇਆ। ਮਤੇ ਮੁਤਾਬਕ ਇਹ ਦਿਨ ਸਾਰੇ ਖੇਤਰਾਂ ਦੀ ਨੁਮਾਇੰਦਗੀ ਕਰਨ ਵਾਲੇ ਇਤਿਹਾਸ ਦੇ ਪਹਿਲੇ ਕੌਮਾਂਤਰੀ ਫੁੱਟਬਾਲ ਟੂਰਨਾਮੈਂਟ ਦੀ 100ਵੀਂ ਵਰ੍ਹੇਗੰਢ ਦਾ ਪ੍ਰਤੀਕ ਹੈ, ਜੋ 25 ਮਈ 1924 ਨੂੰ ਪੈਰਿਸ ਵਿੱਚ ਓਲੰਪਿਕ ਖੇਡਾਂ ਦੌਰਾਨ ਕਰਵਾਇਆ ਗਿਆ ਸੀ। ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਮਹਾਸਭਾ ਨੇ ਸੰਸਦ ਮੈਂਬਰਾਂ ਦੀਆਂ ਤਾੜੀਆਂ ਦੀ ਗੂੰਜ ਦਰਮਿਆਨ ਅਸੈਂਬਲੀ ਦੇ ਮੁਖੀ ਡੈਨਿਸ ਫਰਾਂਸਿਸ ਦੀ ਮੌਜੂਦਗੀ ਵਿੱਚ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ। ਇਸ ਨੂੰ 160 ਤੋਂ ਵੱਧ ਦੇਸ਼ਾਂ ਵੱਲੋਂ ਭਰਵੀਂ ਹਮਾਇਤ ਦਿੱਤੀ ਗਈ। ਸੋ ਇਸ ਤਰ੍ਹਾਂ 25 ਮਈ ਹੁਣ ਵਿਸ਼ਵ ਫੁੱਟਬਾਲ ਦਿਵਸ ਵਜੋਂ ਜਾਣਿਆ ਜਾਵੇਗਾ। ਪਿਛਲੇ ਕਈ ਹਫ਼ਤਿਆਂ ਤੋਂ ਫੀਫਾ ਮਹਿਲਾ ਵਿਸ਼ਵ ਕੱਪ ਫੁੱਟਬਾਲ 2027 ਦੇ ਮੇਜ਼ਬਾਨ ਦੇਸ਼ ਦਾ ਨਾਂ ਤੈਅ ਕਰਨ ਸੰਬੰਧੀ ਕਾਫੀ ਚਰਚਾ ਚੱਲ ਰਹੀ ਸੀ, ਅਤੇ ਹੁਣ ਆਖਰਕਾਰ ਇਸ ਬੰਨੇ ਫੈਸਲਾ ਹੋ ਗਿਆ ਹੈ। ਇਹ ਪੱਕਾ ਹੋ ਗਿਆ ਕਿ ਫੀਫਾ ਮਹਿਲਾ ਵਿਸ਼ਵ ਕੱਪ ਫੁੱਟਬਾਲ 2027 ਬ੍ਰਾਜ਼ੀਲ ਦੇਸ਼ ਵਿੱਚ ਹੋਵੇਗਾ। ਫੀਫਾ ਦੇ ਮੈਂਬਰਾਂ ਨੇ ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਨੂੰ ਤਰਜੀਹ ਦੇਣ ਤੋਂ ਬਾਅਦ ਐਲਾਨ ਕਰ ਦਿੱਤਾ ਹੈ ਕਿ ਹੁਣ ਬ੍ਰਾਜ਼ੀਲ ਹੀ ਫੀਫਾ ਮਹਿਲਾ ਵਿਸ਼ਵ ਕੱਪ 2027 ਦੀ ਮੇਜ਼ਬਾਨੀ ਕਰੇਗਾ। ਫੀਫਾ ਨੇ ਬ੍ਰਾਜ਼ੀਲ ਦੇ ਹੱਕ ਵਿੱਚ 119 ਵੋਟਾਂ ਹਾਸਲ ਕੀਤੀਆਂ, ਜਿਸ ਸਦਕਾ ਬ੍ਰਾਜ਼ੀਲ ਜਰਮਨੀ ਹਾਲੈਂਡ ਅਤੇ ਬੈਲਜੀਅਮ ਦੇ ਸਾਂਝੇ ਯੂਰਪੀਅਨ ਦਾਅਵੇ ਤੋਂ ਅੱਗੇ ਸਾਬਤ ਹੋਇਆ। ਅਮੈਰੀਕਾ ਅਤੇ ਮੈਕਸੀਕੋ ਨੇ ਪਿਛਲੇ ਮਹੀਨੇ ਸਾਂਝੇ ਪ੍ਰਸਤਾਵ ਨੂੰ ਵਾਪਸ ਲੈ ਲਿਆ ਸੀ, ਜਦਕਿ ਦੱਖਣੀ ਅਫਰੀਕਾ ਨੇ ਨਵੰਬਰ ਮਹੀਨੇ ਵਿੱਚ ਹੀ ਆਪਣਾ ਦਾਅਵਾ ਵਾਪਸ ਲੈ ਲਿਆ ਸੀ। ਖਾਸ ਗੱਲ ਇਹ ਵੀ ਹੈ
ਕਿ ਪਹਿਲੀ ਵਾਰ ਮਹਿਲਾ ਫੁੱਟਬਾਲ ਵਿਸ਼ਵ ਕੱਪ ਕਿਸੇ ਦੱਖਣ ਅਮਰੀਕੀ ਦੇਸ਼ ਵਿੱਚ ਹੋ ਰਿਹਾ। ਇਹ ਟੂਰਨਾਮੈਂਟ ਪਹਿਲੀ ਵਾਰ ਸੰਨ 1991 ਵਿੱਚ ਖੇਡਿਆ ਗਿਆ ਸੀ, ਜੋ ਹੁਣ ਪਹਿਲੀ ਵਾਰ ਦੱਖਣੀ ਅਮਰੀਕਾ ਵੱਲ ਹੋਤ ਰਿਹਾ ਅਤੇ ਇਸ ਦੀਆਂ ਤਿਆਰੀਆਂ ਵੀ ਜਲਦ ਹੀ ਸ਼ੁਰੂ ਹੋ ਰਹੀਆਂ ਨੇ। ਭਾਰਤੀ ਫੁੱਟਬਾਲ ਨਾਲ ਸੰਬੰਧਿਤ ਪਿਛਲੇ ਦਿਨਾਂ ਦੀ ਸਭ ਤੋਂ ਵੱਡੀ ਸੂਚਨਾ ਇਹ ਸਾਹਮਣੇ ਆਈ ਕਿ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਭਾਰਤ ਦੇ ਮਹਾਨ ਖਿਡਾਰੀਆਂ ਵਿੱਚ ਸ਼ੁਮਾਰ ਸੁਨੀਲ ਛੇਤਰੀ ਨੇ ਕੁਵੈਤ ਖਿਲਾਫ ਆਉਂਦੀ 6 ਜੂਨ ਨੂੰ ਫੀਫਾ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਮਗਰੋਂ ਕੌਮਾਂਤਰੀ ਫੁੱਟਬਾਲ ਨੂੰ ਅਲਵਿਦਾ ਕਹਿਣ ਦਾ ਫੈਸਲਾ ਲਿਆ ਹੈ। ਸਾਲ 2005 ਵਿੱਚ ਕੌਮਾਂਤਰੀ ਫੁੱਟਬਾਲ ਵਿੱਚ ਪਹਿਲੀ ਵਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਸੁਨੀਲ ਛੇਤਰੀ ਨੇ ਭਾਰਤ ਲਈ ਹੁਣ ਤੱਕ ਕੁੱਲ 94 ਗੋਲ ਕੀਤੇ ਨੇ। ਉਸ ਦੇ ਨਾਂ ਭਾਰਤ ਲਈ ਸਭ ਤੋਂ ਵੱਧ ਗੋਲ ਅਤੇ ਕੌਮਾਂਤਰੀ ਮੈਚ ਖੇਡਣ ਦੇ ਰਿਕਾਰਡ ਵੀ ਦਰਜ ਨੇ। ਇਸ ਸਮੇਂ ਵਿਸ਼ਵ ਫੁੱਟਬਾਲ ਵਿੱਚ ਸਰਗਰਮ ਫੁੱਟਬਾਲ ਖਿਡਾਰੀਆਂ ਵਿੱਚ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨਲ ਮੈਸੀ ਮਗਰੋਂ ਸੁਨੀਲ ਛੇਤਰੀ ਦੇ ਨਾਂ ਸਭ ਤੋਂ ਵੱਧ ਕੌਮਾਂਤਰੀ ਗੋਲ ਦਰਜ ਨੇ ਅਤੇ ਕੁੱਲ ਮਿਲਾ ਕੇ ਸਭ ਤੋਂ ਵੱਧ ਕੌਮਾਂਤਰੀ ਗੋਲ ਕਰਨ ਵਾਲੇ ਸਾਰੇ ਖਿਡਾਰੀਆਂ ਦੀ ਸੂਚੀ ਵਿੱਚ ਉਹ ਚੌਥੇ ਸਥਾਨ 'ਤੇ ਹੈ। ਸੁਨੀਲ ਛੇਤਰੀ ਨੇ 2 ਦਹਾਕਿਆਂ ਤੋਂ ਭਾਰਤੀ ਫੁੱਟਬਾਲ ਨੂੰ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਨੇ। ਸੰਨਿਆਸ ਮੌਕੇ ਕੀਤੇ ਐਲਾਨ ਮੁਤਾਬਕ ਭਾਰਤ ਲਈ ਸੁਨੀਲ ਛੇਤਰੀ ਦਾ ਆਖਰੀ ਕੌਮਾਂਤਰੀ ਮੈਚ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿੱਚ ਹੋਵੇਗਾ। ਸੁਨੀਲ ਛੇਤਰੀ ਨੇ ਬੀਤੇ ਮਾਰਚ ਮਹੀਨੇ ਫੀਫਾ ਕੁਆਲੀਫਾਇਰ ਗੇੜ ਵਿੱਚ ਆਪਣਾ 150ਵਾਂ ਕੌਮਾਂਤਰੀ ਮੈਚ ਖੇਡਿਆ ਸੀ ਅਤੇ ਗੁਹਾਟੀ ਵਿੱਚ ਅਫਗਾਨਿਸਤਾਨ ਦੇ ਖਿਲਾਫ ਮੈਚ ਵਿੱਚ ਗੋਲ ਵੀ ਕੀਤਾ ਸੀ। ਹਾਲਾਂਕਿ ਭਾਰਤ ਦੇ ਮੈਚ 1 ਦੇ ਮੁਕਾਬਲੇ 2 ਗੋਲਾਂ ਦੇ ਫਰਕ ਨਾਲ ਹਾਰ ਗਿਆ ਸੀ। ਦੇਸ਼ ਦੇ ਸਭ ਤੋਂ ਸ਼ਾਨਦਾਰ ਸਟ੍ਰਾਈਕਰ ਖਿਡਾਰੀਆਂ ਵਿੱਚੋਂ ਇੱਕ ਸੁਨੀਲ ਛੇਤਰੀ ਨੇ ਸਾਲ 2005 ਵਿੱਚ ਕੌਮਾਂਤਰੀ ਫੁੱਟਬਾਲ ਵਿੱਚ ਪ੍ਰਦਰਸ਼ਨ ਮੈਚ ਵਿੱਚ ਗੋਲ ਕੀਤਾ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤੀ ਫੁੱਟਬਾਲ ਟੀਮ ਦੇ ਇੱਕ ਮਜ਼ਬੂਤ ਥੰਮ ਦੀ ਭੂਮਿਕਾ ਨਿਭਾਈ ਹੈ। ਹੁਣ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਦੁਨੀਆ ਦੀ ਸਭ ਤੋਂ ਚਰਚਿਤ ਅਤੇ ਪ੍ਰਸਿੱਧ ਫੁੱਟਬਾਲ ਲੀਗ ਇੰਗਲੈਂਡ ਦੀ ਪ੍ਰੀਮੀਅਰ ਲੀਗ ਦੇ ਤਾਜ਼ਾ ਮੁਕਾਬਲਿਆਂ ਅਤੇ ਨਤੀਜਿਆਂ ਦੀ, ਜਿੱਥੇ ਪ੍ਰੀਮੀਅਰ ਲੀਗ ਦਾ ਸੀਜ਼ਨ 2023-24 ਬੀਤੇ ਐਤਵਾਰ ਮੁਕੰਮਲ ਹੋ ਗਿਆ ਅਤੇ ਖਿਤਾਬ ਜਿੱਤਣ ਵਾਲੀ ਟੀਮ ਦਾ ਨਾਮ ਵੀ ਸੀਜ਼ਨ ਦੇ ਇਸ ਅਖੀਰਲੇ ਦਿਨ ਹੀ ਪੱਕਾ ਹੋਇਆ, ਜਦੋਂ ਆਮ ਸੰਭਾਵਨਾਵਾਂ ਮੁਤਾਬਕ ਮੈਨਚੈਸਟਰ ਸਿਟੀ ਦੀ ਟੀਮ ਨੇ 2 ਅੰਕਾਂ ਦੇ ਫਰਕ ਨਾਲ ਪ੍ਰੀਮੀਅਰ ਲੀਗ ਦਾ ਖਿਤਾਬ ਆਪਣੇ ਨਾਂ ਕੀਤਾ, ਜਦਕਿ ਆਰਸਨਲ ਦੀ ਟੀਮ ਜ਼ਬਰਦਸਤ ਮੁਕਾਬਲਾ ਕਰਨ ਤੋਂ ਬਾਅਦ ਦੂਜੇ ਸਥਾਨ ਉੱਤੇ ਰਹੀ। ਮੈਨਚੈਸਟਰ ਸਿਟੀ ਕਲੱਬ ਦੀ ਇਸ ਜਿੱਤ ਸੰਬੰਧੀ ਖਾਸ ਗੱਲ ਇਹ ਹੈ ਕਿ ਇੰਗਲੈਂਡ ਦੇ ਘਰੇਲੂ ਫੁੱਟਬਾਲ ਇਤਿਹਾਸ ਵਿੱਚ ਇੱਕ ਨਵਾਂ ਰਿਕਾਰਡ ਬਣ ਗਿਆ ਹੈ ਕਿ ਇੱਕ ਟੀਮ ਨੇ ਲਗਾਤਾਰ 4 ਸਾਲ ਲੀਗ ਦਾ ਖਿਤਾਬ ਜਿੱਤਿਆ। ਮੈਨਚੈਸਟਰ ਸਿਟੀ ਦੀ ਟੀਮ ਸੀਜ਼ਨ 2020-21 ਤੋਂ ਲੈ ਕੇ ਹੁਣ ਤੱਕ ਲਗਾਤਾਰ ਖਿਤਾਬ ਜਿੱਤ ਰਹੀ ਹੈ। ਇਸ ਲੀਗ ਸੀਜ਼ਨ ਦੀ ਫਾਈਨਲ ਅੰਕ ਸੂਚੀ ਮੁਤਾਬਕ ਲਿਵਰਪੂਲ ਦੀ ਟੀਮ 3ਜੇ ਸਥਾਨ ਉੱਤੇ ਰਹੀ, ਜਦਕਿ ਐਸਟਨ ਵਿਲਾ ਕਲੱਬ ਦੀ ਟੀਮ ਸਭ ਨੂੰ ਹੈਰਾਨ ਕਰਦੇ ਹੋਏ 4ਥੇ ਸਥਾਨ ਉੱਤੇ ਆਈ ਅਤੇ ਅਗਲੇ ਸੀਜ਼ਨ ਦੀ ਯੂਏਫਾ ਚੈਂਪੀਅਨਜ਼ ਲੀਗ ਵਿੱਚ ਥਾਂ ਬਣਾਉਣ ਵਿੱਚ ਵੀ ਕਾਮਯਾਬ ਰਹੀ। ਇਸ ਦਰਮਿਆਨ ਕਾਫੀ ਮਹਿੰਗੇ ਖਿਡਾਰੀਆਂ ਨਾਲ ਭਰਪੂਰ ਚੈਲਸੀ ਦੀ ਟੀਮ 6ਵੇਂ ਸਥਾਨ ਉੱਤੇ ਆਈ,
ਜਦਕਿ ਮੈਨਚੈਸਟਰ ਯੂਨਾਈਟਿਡ ਦੀ ਟੀਮ 8ਵੇਂ ਸਥਾਨ ਉੱਤੇ ਰਹੀ। ਪ੍ਰੋਗਰਾਮ ਦੇ ਅਖੀਰ ਵਿੱਚ ਤੁਹਾਨੂੰ ਬਾਕੀ ਯੂਰਪੀਅਨ ਦੇਸ਼ਾਂ ਵਿੱਚ ਲੀਗ ਜਿੱਤਣ ਵਾਲੀਆਂ ਟੀਮਾਂ ਬਾਰੇ ਦੱਸਦੇ ਹਾਂ। ਜੇਕਰ ਇਹਨਾਂ ਦੀ ਗੱਲ ਹੋਵੇ ਤਾਂ ਜਰਮਨੀ ਦੀ ਲੀਗ ਦੀ ਵੀ ਖਾਸ ਗੱਲ ਕਰਨੀ ਬਣਦੀ ਹੈ, ਜਿੱਥੇ ਬਾਇਰ ਲਿਵਰਕਿਊਸਨ ਦੀ ਟੀਮ ਨੇ 5 ਮੈਚ ਬਾਕੀ ਰਹਿੰਦੇ ਹੋਏ ਕਈ ਹਫ਼ਤੇ ਪਹਿਲਾਂ ਹੀ ਜਰਮਨੀ ਦੀ ਲੀਗ ਦਾ ਖਿਤਾਬ ਜਿੱਤ ਲਿਆ ਸੀ ਅਤੇ ਅਜਿਹਾ ਕਰਦੇ ਹੋਏ ਰਿਕਾਰਡ ਇਹ ਬਣਾਇਆ ਕਿ ਬਾਇਰ ਲਿਵਰਕਿਊਸਨ ਦੀ ਟੀਮ ਨੇ ਸਾਰਾ ਸੀਜ਼ਨ ਇੱਕ ਵੀ ਲੀਗ ਮੈਚ ਨਹੀਂ ਹਾਰਿਆ ਅਤੇ ਅਜੇਤੂ ਰਹਿੰਦੇ ਹੋਏ ਜਰਮਨ ਲੀਗ ਦਾ ਖਿਤਾਬ ਜਿੱਤਿਆ ਹੈ। ਸਪੇਨ ਦੀ ਘਰੇਲੂ ਲੀਗ ਲਾ ਲੀਗਾ ਵਿੱਚ ਰਿਆਲ ਮੈਡ੍ਰਿਡ ਨੇ ਖਿਤਾਬ ਜਿੱਤਿਆ। ਇਟਲੀ ਵਿੱਚ ਉੱਥੋਂ ਦੇ ਇੱਕ ਹੋਰ ਵੱਡੇ ਕਲੱਬ ਇੰਟਰ ਮਿਲਾਨ ਨੇ ਲੀਗ ਜਿੱਤੀ ਹੈ। ਫਰਾਂਸ ਵਿੱਚ ਤਾਕਤਵਰ ਟੀਮ ਪੈਰਿਸ ਸੇਂਟ ਜਰਮੈਨ ਯਾਨੀ ਕਿ PSG ਖਿਤਾਬ ਜਿੱਤਣ ਵਿੱਚ ਕਾਮਯਾਬ ਰਹੀ ਅਤੇ ਹਾਲੈਂਡ ਵਿੱਚ PSV ਕਲੱਬ ਨੇ ਲੀਗ ਦਾ ਖਿਤਾਬ ਜਿੱਤਿਆ। ਇੰਗਲੈਂਡ ਵਿੱਚ ਹੁੰਦੇ ਦੁਨੀਆ ਦੇ ਸਭ ਤੋਂ ਪੁਰਾਣੇ ਫੁੱਟਬਾਲ ਟੂਰਨਾਮੈਂਟ FA ਕੱਪ ਦੇ ਫਾਈਨਲ ਵਿੱਚ ਸਨਿਚਰਵਾਰ ਨੂੰ ਮੈਨਚੈਸਟਰ ਸਿਟੀ ਦਾ ਮੁਕਾਬਲਾ ਮੈਨਚੈਸਟਰ ਯੂਨਾਈਟਿਡ ਦੇ ਨਾਲ ਲੰਡਨ ਦੇ ਵੈਂਬਲੀ ਸਟੇਡੀਅਮ ਵਿਖੇ ਹੋਵੇਗਾ ਅਤੇ ਇਸੇ ਵੈਂਬਲੀ ਸਟੇਡੀਅਮ ਵਿੱਚ ਹੀ ਲੀਡਸ ਯੂਨਾਈਟਿਡ ਅਤੇ ਸਾਊਥਹੈਂਪਟਨ ਕਲੱਬ ਦਾ ਪਲੇਆਫ ਫਾਈਨਲ ਮੈਚ ਇਸ ਤੋਂ ਅਗਲੇ ਦਿਨ ਹੋਵੇਗਾ, ਜਿਸ ਦੀ ਜੇਤੂ ਟੀਮ ਅਗਲੇ ਸਾਲ ਪ੍ਰੀਮੀਅਰ ਲੀਗ ਵਿੱਚ ਖੇਡਦੀ ਹੋਈ ਨਜ਼ਰ ਆਵੇਗੀ। ਖੇਡ ਸੰਸਾਰ ਪ੍ਰੋਗਰਾਮ ਦੇ ਵਿੱਚ ਇਹ ਸੀ ਪਿਛਲੇ ਹਫ਼ਤੇ ਦੌਰਾਨ ਹੋਏ ਖੇਡ ਮੁਕਾਬਲਿਆਂ ਦੀ ਤਮਾਮ ਜਾਣਕਾਰੀ। ਇਸੇ ਤਰ੍ਹਾਂ ਅਗਲੇ ਹਫ਼ਤੇ ਨਵੇਂ ਅੰਕ ਵਿੱਚ ਫਿਰ ਤੁਹਾਡੇ ਲਈ ਨਵੇਂ ਅਤੇ ਤਾਜ਼ਾ ਖੇਡ ਵੇਰਵੇ ਲੈ ਕੇ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ। ਪ੍ਰੋਗਰਾਮ ਵੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ।